ਮਾਲਵੇ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਜੀ ਛੋਟੇ ਛੋਟੇ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਛੱਤਿਆਂ ਦੇ ਪਿੰਡਾਂ ਵਿੱਚ ਪਹੁੰਚਦੇ ਹਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਛੱਤਿਆਣੇ ਪਿੰਡ ਵਿੱਚ ਪਹੁੰਚਦੇ ਹਨ ਤਾਂ ਇੱਥੇ ਅਨੋਖੀ ਘਟਨਾ ਵਾਪਰਦੀ ਹੈ, ਸੋ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਇਸ ਘਟਨਾ ਦੇ ਕੁਝ ਅੰਸ਼ ਆਪਾਂ ਅੱਜ ਦੇ ਸਮੇਂ ਨਾਲ ਜੋੜਾਂਗੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਪਿੰਡ ਵਿੱਚ ਪਹੁੰਚਦੇ ਹਨ ਤਾਂ ਗੁਰੂ ਕੀਆਂ ਫੌਜਾਂ ਦੇ ਵਿੱਚ ਕੁਝ ਸਿੱਖ ਤਨਖਾਹਾਂ 'ਤੇ ਕੰਮ ਕਰਦੇ ਹਨ, ਜੋ ਕਿ ਬਰਾੜ ਕਬੀਲੇ ਦੇ ਲੋਕ ਹੁੰਦੇ ਸੀ। ਉਹ ਬਰਾੜ ਕਬੀਲੇ ਦੇ ਲੋਕ ਗੁਰੂ ਜੀ ਨੂੰ ਮੰਗ ਕਰਨ ਲੱਗੇ ਕਿ ਆਪਾਂ ਤੁਹਾਡੇ ਨਾਲ ਅੱਗੇ ਤਾਂ ਵਧਾਂਗੇ ਜੇਕਰ ਤੁਸੀਂ ਸਾਨੂੰ ਪੁਰਾਣੀ ਤਨਖਾਹ ਦਿਓਗੇ। ਗੁਰੂ ਜੀ ਨੇ ਕਿਹਾ, ਹਾਲੇ ਖਜ਼ਾਨਾ ਥੋੜ੍ਹਾ ਮਸਤਾਨਾ ਹੈ, ਜਦੋਂ ਗੁਰੂ ਨਾਨਕ ਦੀ ਮਿਹਰ ਖਜ਼ਾਨੇ 'ਤੇ ਵਰਤੇਗੀ ਉਦੋਂ ਤੁਹਾਡੀਆਂ ਤਨਖਾਹਾਂ ਦੇ ਦਿੱਤੀਆਂ ਜਾਣਗੀਆਂ। ਪਰ ਬਰਾੜ ਕਬੀਲੇ ਦੇ ਲੋਕ ਅੱਗੇ ਵਧਣ ਨੂੰ ਤਿਆਰ ਨਹੀਂ ਸੀ, ਉਹ ਤਨਖਾਹ ਲੈਣ ਦੇ ਲਈ ਅੜੇ ਰਹੇ। ਫਿਰ ਵਾਹਿਗੁਰੂ ਜੀ ਕਿਰਪਾ ਹੋਈ, ਇੱਕ ਅਮੀਰ ਧਨੀ ਗੁਰਸਿੱਖ ਆਇਆ ਜਿਸਨੇ ਗੁਰੂ ਸਾਹਿਬ ਦੇ ਅੱਗੇ ਮਾਇਆ ਭੇਟ ਕੀਤੀ। ਫਿਰ ਗੁਰੂ ਸਾਹਿਬ ਨੇ ਸਾਰੇ ਬਰਾੜ ਕਬੀਲੇ ਦੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਆਪੋ ਆਪਣੀ ਤਨਖਾਹ ਲੈ ਲਵੋ। ਸਾਰੇ ਬਰਾੜ ਕਬੀਲੇ ਦੇ ਲੋਕ ਲਾਈਨ 'ਤੇ ਖੜ੍ਹੇ ਹੋ ਗਏ। ਫਿਰ ਬਣੀ ਲੈਣ ਵਿੱਚ ਇੱਕ ਇੱਕ ਕਰਕੇ ਬਰਾੜ ਕਬੀਲੇ ਦੇ ਲੋਕ ਗੁਰੂ ਸਾਹਿਬ ਦੇ ਕੋਲ ਜਾਣ ਲੱਗੇ। ਗੁਰੂ ਸਾਹਿਬ ਮੁਸਕਰਾ ਕੇ ਇਕੱਲੇ ਇਕੱਲੇ ਨੂੰ ਪੁੱਛਦੇ ਗਏ, ਦੱਸੋ ਤੁਹਾਨੂੰ ਸਿੱਖੀ ਚਾਹੀਦੀ ਹੈ ਜਾਂ ਫਿਰ ਤਨਖਾਹ ਚਾਹੀਦੀ ਹੈ? ਅੱਗੋਂ ਜਵਾਬ ਦੇ ਦਿੰਦੇ ਗਏ, ਗੁਰੂ ਜੀ ਸਿੱਖ ਤਾਂ ਆਪਾਂ ਪਹਿਲਾਂ ਹੀ ਹਾਂ, ਅੱਜ ਸਾਨੂੰ ਆਪਣੀ ਤਨਖਾਹ ਚਾਹੀਦੀ ਹੈ। ਗੁਰੂ ਜੀ ਤਨਖਾਹ ਦਿੰਦੇ ਗਏ। ਇਸੇ ਤਰ੍ਹਾਂ ਗੁਰੂ ਜੀ ਨੇ ਇਕੱਲੇ ਇਕੱਲੇ ਪੁੱਛਦੇ ਗਏ, ਸਿੱਖੀ ਚਾਹੀਦੀ ਹੈ ਜਾਂ ਤਨਖਾਹ ਚਾਹੀਦੀ ਹੈ? ਸਾਰਿਆਂ ਨੇ ਇੱਕੋ ਜਿਹਾ ਘੜਿਆ ਘੜਾਇਆ ਜਵਾਬ ਦਿੱਤਾ, ਸਾਨੂੰ ਅੱਜ ਤਨਖਾਹ ਚਾਹੀਦੀ ਹੈ। ਫਿਰ ਬਰਾੜ ਕਬੀਲੇ ਦਾ ਇੱਕ ਮੁਖੀ ਸੀ ਜਿਹਦਾ ਨਾਮ ਦਾਨਾ ਬਰਾੜ ਸੀ। ਗੁਰੂ ਸਾਹਿਬ ਨੇ ਉਸਨੂੰ ਆਵਾਜ਼ ਮਾਰੀ ਕਿ ਦਾਨਿਆ ਆ ਜਾ, ਤੂੰ ਵੀ ਤਨਖਾਹ ਲੈ ਲੈ। ਫਿਰ ਦਾਨਾ ਬਰਾੜ ਗੁਰੂ ਜੀ ਅੱਗੇ ਹੱਥ ਜੋੜ ਕੇ ਖੜ੍ਹਾ ਹੋ ਗਿਆ ਅਤੇ ਕਹਿੰਦਾ, ਗੁਰੂ ਜੀ ਮੈਨੂੰ ਸਿੱਖੀ ਚਾਹੀਦੀ ਹੈ, ਮੈਨੂੰ ਤਨਖਾਹ ਨਹੀਂ ਚਾਹੀਦੀ, ਮੈਨੂੰ ਸਿੱਖੀ ਚਾਹੀਦੀ ਹੈ। ਗੁਰੂ ਜੀ ਨੇ ਕਿਹਾ, ਵਾਹ ਭਾਈ ਦਾਨਿਆ, ਹੋਰ ਮੰਗ ਲੈ ਜੇਕਰ ਕੁਝ ਮੰਗਣਾ ਹੈ ਤਾਂ। ਉਸਨੇ ਕਿਹਾ ਕਿ ਗੁਰੂ ਜੀ ਤੁਸੀਂ ਬਹੁਤ ਕਿਰਪਾ ਕੀਤੀ ਹੈ, ਤੁਸੀਂ ਜੋ ਅੱਜ ਮੈਨੂੰ ਭਾਈ ਕਹਿ ਕੇ ਬੁਲਾਇਆ ਹੈ। ਫਿਰ ਗੁਰੂ ਜੀ ਨੇ ਕਿਹਾ, ਆ ਜਾ ਭਾਈ ਦਾਨਿਆ, ਮੈਂ ਤੈਨੂੰ ਆਪਣੇ ਗਲ ਨਾਲ ਲਾ ਲਵਾਂ, ਮੰਗ, ਹੋਰ ਕੀ ਮੰਗਣਾ ਹੈ। ਦਾਨਾ ਬਰਾੜ ਨੇ ਕਿਹਾ, ਗੁਰੂ ਜੀ ਤੁਸੀਂ ਬਹੁਤ ਕਿਰਪਾ ਕੀਤੀ ਹੈ ਜੋ ਭਾਈ ਕਹਿ ਕੇ ਬੁਲਾਇਆ ਹੈ, ਹੁਣ ਅੰਮ੍ਰਿਤ ਦੀ ਦਾਤ ਦੇ ਕੇ ਸੱਚ ਵਿੱਚ ਹੀ ਦਾਨ ਸਿੰਘ ਬਣਾ ਲਓ। ਉਸ ਸਮੇਂ ਖੰਡੇ ਬਾਟੇ ਦੀ ਪੌਲ ਤਿਆਰ ਹੋਈ, ਦਾਨਾ ਬਰਾੜ ਅੰਮ੍ਰਿਤ ਛੱਕ ਕੇ ਦਾਨਾ ਸਿੰਘ ਬਣ ਗਿਆ। ਹੁਣ ਤਨਖਾਹ ਵੰਡ ਕੇ ਜੋ ਪੈਸੇ ਬਚੇ ਸੀ ਉਸਨੂੰ ਗੁਰੂ ਜੀ ਨੇ ਟੋਆ ਪੱਟ ਕੇ ਉੱਥੇ ਦੱਬ ਦਿੱਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਬਣਿਆ ਹੋਇਆ, ਗੁਰਦੁਆਰਾ ਗੁਪਤਸਰ ਸਾਹਿਬ ਛੱਤਿਆਣਾ। ਫਿਰ ਗੁਰੂ ਜੀ ਉੱਥੋਂ ਅੱਗੇ ਚਲੇ ਗਏ। ਜਿਨ੍ਹਾਂ ਨੇ ਤਨਖਾਹ ਲਈਆਂ ਸੀ ਉਹਨਾਂ ਨੇ ਉਹ ਟੋਆ ਪੁੱਟ ਲਿਆ, ਉਹਨਾਂ ਨੇ ਬੜਾ ਹੀ ਜ਼ੋਰ ਲਾਇਆ ਉੱਥੋਂ ਪੈਸੇ ਲੱਭ ਲੈਣ ਜੋ ਗੁਰੂ ਜੀ ਨੇ ਉੱਥੇ ਦੱਬੇ ਹਨ। ਉਹਨਾਂ ਨੇ ਸਾਰੀ ਮਿੱਟੀ ਛਾਣ ਮਾਰੀ ਪਰ ਉਹਨਾਂ ਨੂੰ ਇੱਕ ਫੁੱਟੀ ਕੌਡੀ ਵੀ ਨਾ ਲੱਭੀ। ਹੁਣ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇੱਥੇ ਦੋ ਤਰ੍ਹਾਂ ਦੇ ਬਰਾੜ ਹੋਏ ਹਨ, ਜਿਨ੍ਹਾਂ ਨੇ ਮਿੱਟੀ ਛਾਣੀ ਅਤੇ ਦੂਸਰਾ ਜਿਨ੍ਹਾਂ ਨੇ ਸਿੱਖੀ ਮੰਗੀ। ਜਿਨ੍ਹਾਂ ਬਰਾੜਾਂ ਨੇ ਮਿੱਟੀ ਛਾਣੀ ਸੀ ਉਹਨਾਂ ਦੀ ਅੰਸ਼ ਵੰਸ਼ ਅੱਗੇ ਵੱਧਦੀ ਰਹੀ। ਉਹਨਾਂ 'ਚੋਂ ਕੁਝ ਕੁ ਪਰਿਵਾਰ ਮੋਗੇ ਜ਼ਿਲ੍ਹੇ ਦੇ ਵਿੱਚ ਫੱਤੋ ਹੀਰਾ ਵਿੱਚ ਜਾ ਵਸੇ ਅਤੇ ਉਹਨਾਂ ਪਰਿਵਾਰਾਂ ਵਿੱਚੋਂ ਹੀ ਇੱਕ ਪਰਿਵਾਰ ਦੇ ਲੜਕੇ ਦਾ ਜਨਮ ਹੁੰਦਾ ਹੈ ਜਿਸਦਾ ਨਾਂ ਰੱਖਿਆ ਜਾਂਦਾ ਹੈ ਕੁਲਦੀਪ ਸਿੰਘ ਬਰਾੜ, ਜੋ ਜਨਰਲ ਕੇ ਐੱਸ ਬਰਾੜ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਅਤੇ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਅਟੈਕ ਸਮੇਂ ਫੌਜਾਂ ਦੀ ਅਗਵਾਈ ਕੇਸ ਬਰਾੜ ਨੇ ਕੀਤੀ ਸੀ। ਉੱਧਰ ਭਾਈ ਦਾਨ ਸਿੰਘ ਜੀ ਦੀ ਅੰਸ਼ ਵੰਸ਼ ਅੱਜ ਵੱਸਦੀ ਰਹੀ। ਉਸਨੇ ਵੰਸ਼ ਹੋਈ ਇੱਕ ਪਰਿਵਾਰ ਮੌਕੇ ਜ਼ਿਲ੍ਹੇ ਦੇ ਪਿੰਡ ਰੋਡੇ ਵਿੱਚ ਜਾ ਵਸਿਆ, ਜਿੱਥੇ ਉਹਨਾਂ ਦੀ ਵੰਸ਼ ਦੇ ਵਿੱਚ ਇੱਕ ਪੈਦਾ ਹੋਇਆ ਜਿਸਦਾ ਨਾਂ ਜੋਗਿੰਦਰ ਸਿੰਘ ਬਰਾੜ। ਜੋਗਿੰਦਰ ਸਿੰਘ ਬਰਾੜ ਦੇ 7 ਪੁੱਤਰ ਹੋਏ। 7 ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਪੁੱਤਰ ਜਿਸਦਾ ਨਾਮ ਜਰਨੈਲ ਸਿੰਘ ਬਰਾੜ ਰੱਖਿਆ ਗਿਆ। ਅੱਜ
ਉਸ ਜਰਨੈਲ ਸਿੰਘ ਬਰਾੜ ਨੂੰ ਸਾਰੀਆਂ ਸਿੱਖ ਸੰਗਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਦੇ ਨਾਮ ਨਾਲ ਜਾਣਦੀਆਂ ਹਨ। ਇਹ ਹੈ ਪਿਛੋਕੜ ਮਿੱਟੀ ਛਾਨਣ ਵਾਲਿਆਂ ਦਾ, ਇੱਕ ਸਿੱਖੀ ਮੰਗਣ ਵਾਲਿਆਂ ਦਾ। ਹੁਣ ਜਰਨਲ ਬਹਾਦਰ ਹਰਿਮੰਦਰ ਸਾਹਿਬ ਫੌਜਾਂ ਲੈ ਕੇ ਆਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਫੌਜਾਂ ਲੈ ਕੇ ਆਉਣ ਵਾਲਾ ਵੀ ਬਰਾੜ ਸੀ ਅਤੇ ਫੌਜਾਂ ਦਾ ਮੁਕਾਬਲਾ ਕਰਨ ਵਾਲਾ ਵੀ ਬਰਾੜ ਸੀ। ਉਸ ਸਮੇਂ ਅੰਮ੍ਰਿਤਸਰ ਸਾਹਿਬ ਦਾ DC ਵੀ ਬਰਾੜ ਸੀ, ਜਿਸਦਾ ਨਾਮ ਗੁਰਦੇਵ ਸਿੰਘ ਬਰਾੜ ਸੀ। ਗੌਰ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਮਰਨ ਵਾਲਾ ਸਿੱਖ ਵੀ ਬਰਾੜ ਸੀ ਅਤੇ ਮਰਨ ਵਾਲਾ ਵੀ ਸਿੱਖ ਸੀ। ਜਿਸਦੇ ਦਸਤਖਤਾਂ 'ਤੇ ਹਮਲਾ ਹੋਇਆ ਉਹ ਵੀ ਸਿੱਖ ਸੀ। ਅੰਤ ਦੇ ਵਿੱਚ ਜਦੋਂ ਪਾਰਲੀਮੈਂਟ ਦੇ ਵਿੱਚ ਸਿੱਖ ਕਤਲੇਆਮ ਦੀ ਨਿੰਦਾ ਹੋਈ ਅਤੇ ਮਾਫ਼ੀ ਮੰਗਣ ਵਾਲਾ ਵੀ ਇੱਕ ਸਿੱਖ ਪ੍ਰਧਾਨ ਹੀ ਮੰਤਰੀ ਚੁਣਿਆ ਗਿਆ। ਤੁਹਾਡਾ ਬਰਾੜ ਵੰਸ਼ ਬਾਰੇ ਕੀ ਕਹਿਣਾ, ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਧੰਨਵਾਦ।